ਜਿਹੜਾ ਕੰਮ ਆਏ ਸੀਗੇ ਅਸੀਂ ਜਾਣਾ ਸੀ ਲੁਧਿਆਣੇ ਜਿਹੜਾ ਕੰਮ ਕਰਨਾ ਸੀ ਨਾ ਉਹ ਉਧਰੋਂ ਗੱਲ ਨਹੀਂ ਬਣੀ ਤੇ ਫੋਨ ਤੇ ਗੱਲ ਹੋ ਗਈ ਤੇ ਅਸੀਂ ਜਲੰਧਰੋਂ ਨਾ ਹੁਣ ਜਿਹੜਾ ਚੰਡੀਗੜ੍ਹ ਨੂੰ ਰਾਹ ਜਾਂਦਾ ਇੱਧਰ ਨੂੰ ਪੈ ਗਏ ਹੁਣ ਸੋਚਣ ਦੇ ਹਾਂ ਵੀ ਸ਼ਿਮਲੇ ਚੱਲ ਗਏ ਪਰ ਇਹ ਜਨਾਬ ਹਾਣੇ ਕੱਪੜੇ ਨਹੀਂ ਪਾਏ ਹੁਣ ਸੋਚਣ ਦੇ ਚੱਲੀਏ ਕਿਸੇ ਨੂੰ ਤੇ ਹੁਣ ਵੇਖਦੇ ਹਾਂ ਸਲਾਹ ਕਰਦੇ ਹਾਂ ਕਿੱਥੋਂ ਤੱਕ ਜਾਣਾ ਕਿੱਧਰ ਨੂੰ ਜਾਣਾ ਆ ਜਿੱਦਾਂ ਬਾਈਕਾਂ ਦੀ ਰਾਈਡ ਨਹੀਂ ਅੱਜ ਮਿੰਨੀ ਕੂਪਰ 'ਤੇ ਰਾਈਡ ਕਰਨ ਨਿਕਲੇ ਹਾਂ ਉੱਦਾਂ ਹੀ ਅੱਜ ਮੂਡ ਜਿਹਾ ਬਣਿਆ ਸੀਗਾ ਮੈਂ ਕਿਹਾ ਚਲੋ ਅੱਜ ਘੁੰਮ ਕੇ ਆਉਂਦੇ ਹਾਂ ਜਦੋਂ ਦੀ ਇਹ ਗੱਡੀ ਲਈ ਹੈ ਇਹਨੂੰ ਪਹਾੜਾ ਪੂੜਾ ਨੂੰ ਲੈ ਕੇ ਨਹੀਂ ਗਏ ਹਨਾ ਅੱਜ ਵੇਖਦੇ ਹਾਂ ਕਿੱਥੋਂ ਤੱਕ ਮਾੜਾ ਮੋਟਾ ਤਾਂ ਦੱਸ ਦਿੰਦੇ ਭਾਈ ਕਿਸੇ ਨੂੰ ਜਾਣਾ ਬੰਦਾ ਉਸ ਹਿਸਾਬ ਦੀ ਤਿਆਰੀ ਜਾਣਾ ਠੰਡ ਯਾਰ ਜਿੱਦਾਂ ਜਿੱਦਾਂ ਇਹਨੂੰ ਜਾਈ ਜਾਣਾ ਠੰਡ ਵਧੀ ਜਾਣੀ ਠੰਡ ਵਧਣੀ ਹੈ ਇੱਧਰ ਚੱਲ ਫਿਰ ਚੱਲੀ ਜਾਣ ਦੇ ਜਦੋਂ ਹਨੇਰਾ ਹੋ ਗਿਆ ਜਿੱਥੇ ਮਜ਼ਾ ਉੱਚੀ ਹੈ ਯਾਰ ਜਿੱਥੇ ਜਿੱਥੇ ਹਨੇਰਾ ਹੋ ਗਿਆ ਉੱਥੋਂ ਮੁੜੋ ਆਪਾਂ ਠੀਕ ਆ ਇੱਕ ਟਾਈਮ ਵੀ ਬਹੁਤ ਜ਼ਿਆਦਾ ਹੋ ਗਿਆ ਨਾ ਪੰਜ ਵੱਜ ਗਏ ਹੁਣ ਲਓ ਜੀ ਅਸੀਂ ਨਾ ਬੰਗੇ ਪਹੁੰਚ ਗਏ ਇੱਦਾਂ ਹੀ ਹੱਸਦੇ ਖੇਡਦੇ ਸਟੋਰੀਆਂ ਸਟੂਰੀਆਂ ਪਾਉਂਦੇ ਅਤੇ ਹੁਣ ਨਾ ਠੰਡ ਜ਼ਿਆਦਾ ਹੋ ਗਈ ਆ ਅਤੇ ਮੁੰਡੇ ਕਹਿੰਦੇ ਆਪਾਂ ਛੱਤ ਪਾ ਲਈਏ ਅਤੇ ਲੱਗੇ ਸੀਗੇ ਛੱਤ ਪਾਉਣ ਨਾਲੇ ਹਨੇਰਾ ਵੀ ਸਟਾਰਟ ਹੋ ਗਿਆ ਹੁਣ ਇੱਥੋਂ ਆਪਾਂ ਗੁੜ ਲੈਣਾ ਯਾਦ ਰੱਖਿਓ ਕੱਲ੍ਹ ਨੂੰ ਨਾ ਪਿੰਨੀਆਂ ਬਣਾਉਣੀਆਂ ਹੋਰ ਹੌਲੀ ਕਰ ਨਹੀਂ ਤਾਂ ਪੈਣੀ ਨਹੀਂ ਚੱਲ ਜਾਣਦੇ ਹੁਣ ਅਸੀਂ ਠੰਡ ਮੈਨੂੰ ਵੀ ਬੜੀ ਲੱਗੀ ਮੈਂ ਤਾਂ ਚੁੱਪ ਕਰਕੇ ਲਈ ਰੋਡ ਬਹੁਤ ਵਧੀਆ ਬਣ ਗਿਆ ਯਾਰ ਟਾਪੋ ਟਾਪ ਹੀ ਮਿੰਟੋ ਮਿੰਟ ਹੀ ਬੰਦਾ ਨਾ ਚੰਡੀਗੜ੍ਹ ਪਹੁੰਚ ਜਾਂਦਾ ਆਪਾਂ ਜਾ ਸਕਦੇ ਚੰਡੀਗੜ੍ਹ 5 ਵਜੇ ਆ ਹਜੇ 6 ਵਜੇ ਪਹੁੰਚ ਜਾਣਾ ਹੀ ਜਾਣਾ ਹੀ ਦੇਖ ਲਓ ਚਲੋ ਜਾਣਦੇ ਚੰਡੀਗੜ੍ਹ ਜਾਣਾ ਚੰਡੀਗੜ੍ਹ ਵਾਲੀ ਜਿਹੜੀ ਆ ਗਿਆ ਸ਼ਹਿਰ ਚੰਡੀਗੜ੍ਹ ਲੈ ਵੀ ਪਾ ਦੇ ਤਾਜ਼ਾ ਤਾਜ਼ਾ ਗੋੜ ਤਾਜ਼ਾ ਬਣਾਇਆ ਨਾ ਵਾਕਈ ਤਾਜ਼ਾ ਆ ਘੰਟਾ ਹੋ ਗਿਆ ਬਣੇ ਨੂੰ ਹਨਾ ਨਹੀਂ ਨਹੀਂ ਹੁਣੇ ਫੱਟੀ ਹੋਈ ਅੱਛਾ ਵਿੱਚ ਯਾਰ ਗੱਲੇ ਮਾ ਕਿਆ ਹੋ ਗਿਆ ਨਹੀਂ ਦੇਣਾ ਕਿਸੇ ਨੂੰ ਆਰਡਰ ਆ ਸਾਡਾ 7 ਕਿਲੋ ਮੁਰਗਾ 30 ਕਿਲੋ ਟਿੱਕੀ ਬਣਾਈ ਜਾਂ 7 ਕਿਲੋ ਵਾਕਈ ਤਾਜ਼ਾ ਲਓ ਜੀ ਚੰਡੀਗੜ੍ਹ ਆਏ ਸੀਗੇ ਤੇ ਪੇਟ ਪੂਜਾ ਕਰਕੇ ਨਾ ਹੁਣ ਬੈਠੇ ਆ ਬੰਦੇ ਆਡੇ ਦਾ ਢਿੱਡ ਨਹੀਂ ਸੀ ਭਰਦਾ ਬੈਠੇ ਆ ਕੇ ਢਿੱਡ ਭਰ ਗਿਆ ਹੱਥ ਕਿਹੜੇ ਕਰਦੇ ਮੋਕੇ ਨੂੰ ਮੋਟਾ ਤੇ ਜਾਣਾ ਆ ਗਿਆ ਨਿਕਲੇ ਸੀ ਉਦੋਂ ਹੀ ਸੈਰ ਕਰਨ ਰਾਈਡ ਤੇ ਮਿੰਨੀ ਕੂਪਰ ਦੀ ਰਾਈਡ ਆ ਗਏ ਚੰਡੀ ਕਰਨ ਫੌਜੀ ਬੰਦੇ ਆ ਉਦਾਂ ਹੀ ਆ ਗਏ ਫੌਜੀ ਇਹ ਗਗਨ ਭਰਾ ਕਹਿੰਦਾ ਖਾ ਲਿਆ ਜ਼ਿਆਦਾ ਹੁਣ ਥੰਮ ਜੱਪ ਪੀ ਲਈਏ ਚੱਲ ਗਗਨ ਸਾਹ ਥੰਮ ਜੱਪ ਆਹ ਤਾਂ ਦੂਜੀਆਂ ਡਰਿੰਕਾਂ ਆ ਐਨਰਜੀ ਆਹ ਦੇ ਇੱਧਰ ਚੰਡੀਗੜ੍ਹ 'ਚ ਦੁਕਾਨਾਂ ਬਹੁਤ ਆ ਜਾ ਆਹ ਤਾਂ ਕਿੰਨੀਆਂ ਵਧੀਆ ਵਧੀਆ ਇੱਥੇ ਸ਼ੋਪਾਂ ਬਹੁਤ ਵਧੀਆ ਵਧੀਆ ਦੇਖੋ ਹਰ ਸਮਾਨ ਨਾ ਉਹਨਾਂ ਨੇ ਟਿਕਾ ਟਿਕਾ ਕੇ ਲਾਇਆ ਹੋਇਆ ਵਧੀਆ ਆ ਸਿਸਟਮ ਜਿਹਾ ਕੱਪੜੇ ਵੀ ਪਾਏ ਹੋਏ ਆ ਲੈ ਵੀ ਘਰ ਨੂੰ ਚਾਲੇ ਪਾ ਦਿੱਤੇ ਆ ਜੀ ਤੇ ਛੱਤ ਛੁੱਤ ਲਾ ਲਈ ਆਪਾਂ ਤੇ ਚੰਡੀਗੜ੍ਹ ਦੀ ਫੀਲਿੰਗ ਲੈ ਆਉਂਦੇ ਰਾਤ ਨੂੰ ਬਿਲਕੁਲ ਨਜ਼ਾਰੇ ਰਾਤ ਨੂੰ ਫੀਲਿੰਗ ਲੈਣ ਦੇ ਲੜਕੇ ਲੈਟ ਲੂਟ ਤੇ ਜਗਾ ਬਾਹਰ ਸ਼ਹਿਰ ਦੇ ਅੰਦਰ ਆ ਹਜੇ ਜਦੋਂ ਬਾਹਰ ਚੱਲ ਗਏ ਫਿਰ ਪਾ ਲੈਣੀ ਆਪਾਂ ਬਾਹਰ ਠੰਡ ਆ ਨਾ ਸ਼ਹਿਰ ਦੇ ਅੰਦਰ ਅੰਦਰ ਸਹੀ ਆ ਜੇ ਇੱਥੇ ਅਸੀਂ ਨਾ ਹੁਣ ਟੈਂਕੀ ਫੁੱਲ ਕਰਾਉਣ ਲੱਗੇ ਹਾਂ ਗੱਡੀ ਦੀ ਕਿਉਂਕਿ ਵਿਰਾਹ 'ਚ ਫਿਰ ਨਾ ਸੁੰਨਸਾਨ ਵਾਲੇ ਏਰੀਏ ਆਉਂਦੇ ਆ ਫਿਰ ਅਸੀਂ ਛੂਟ ਵੱਟੀ ਜਾਣੀ ਸਿੱਧੀ ਹੁਣ ਚੰਡੀਗੜ੍ਹ ਵੀ ਆਪਾਂ ਚੰਡੀਗੜ੍ਹ ਕੀ ਰੇਟ ਆ ਯਾਰ ਪੈਟਰੋਲ ਦਾ 94 ਆਪਣੇ ਕਿੰਨਾ ਇੱਥੇ 93 ਇੱਧਰ ਮਹਿੰਗਾ ਹੈ ਪੰਜਾਬ ਮੈਂ ਸਸਤਾ ਚੰਡੀਗੜ੍ਹ ਚ ਤੇਲ ਹਾਂ
ਇਹ ਮੁੰਡੇ ਵੀ ਦੇਖਦੇ ਸੀ ਕਿੱਡੀ ਕਿਹੜੀ ਆ ਅਕਾਰਡ ਮਾਰਨਾ ਮੈਂ ਵਧੀਆ ਯਾਰ ਵੇਲੇ ਨਾਲ ਹੀ ਦਿਲ ਪਵਾ ਲਿਆ ਇੱਥੇ ਲਾ ਦਈਏ ਲੈ ਲੈਣੀ ਆਪਾਂ ਥੱਲੇ ਨੂੰ ਇਹ ਇੱਥੇ ਆਪਸ਼ਨ ਹੈਗਾ ਓਫ ਰੋਡਿੰਗ ਵਾਲਾ ਉੱਚੀ ਹੋ ਜਾਂਦੀ ਹੈ ਨਾ छब्बी सौ ਇੱਥੇ ਓਪਨ ਕਰਕੇ ਯਾਰ ਕਿੰਨੇ ਚਲਾਉਣ ਨਹੀਂ ਦਿੰਦੇ ਅਸੀਂ ਕਿਹਾ ਚਲੋ ਐਰ ਕੀ ਵੇਖਦੇ ਆ ਕੌਣ ਰੋਕਦਾ ਘੰਟਾ ਕੁ ਤਾਂ ਹੋ ਗਿਆ ਆਪਾਂ ਨੂੰ ਚਲਾਉਂਦੇ ਹਾਂ ਦਿਨੇ ਆਉਂਦੇ ਨਾ ਦਿਨੇ ਜ਼ਿਆਦਾ ਨਜ਼ਾਰਾ ਆਉਣਾ ਹੀ ਆ ਨਾ ਪਹਿਲਾਂ ਆਪਣਾ ਪਲਾਨ ਹੀ ਨਹੀਂ ਉਦਾਂ ਹੀ ਆ ਗਏ ਅਸੀਂ ਤੇ ਚਲੋ ਕੋਈ ਨਹੀਂ ਹੁਣ ਆਪਾਂ ਸ਼ੂਟ ਵੱਟੀਏ ਤੇ ਸਿੱਧੇ ਜਾ ਕੇ ਜਲੰਧਰ ਮਿਲਦੇ ਹਾਂ ਲੋਕ ਲੱਗਾ ਅੱਛਾ ਮੈਂ ਤਾਂ ਟਾਈਮ ਲੱਗ ਗਿਆ ਭਾਂਡੇ ਲੈਣ ਲੱਗ ਪਿਆ ਅੜਲਾ ਠੀਕ ਠਾਕ ਬਹੁਤ ਵਧੀਆ ਠੀਕ ਠਾਕ ਆਹ ਕੱਢੀ ਜਾਣਾ ਦਿਖਾਈ ਆਹ ਲੈਣ ਚਲ ਗਿਆ ਸੀ ਨਵਾਂ ਸਹੀ ਹੈ ਨਵਾਂ ਲੈ ਗਿਆ ਹੁਣ ਆ ਜੀ ਗੱਲ ਜੀ ਸਿਆਲ ਆ ਗਿਆ ਹੁਣ ਪਿੰਨੀਆਂ ਪੁੰਨੀਆਂ ਦਾ ਸੀਜ਼ਨ ਆ ਗਿਆ ਹੁਣ ਪਿੰਨੀਆਂ ਬਣਿਆ ਕਰਨਗੇ ਬਾਕੀ ਜੀ ਗੁਰਦੁਆਰਾ ਸਾਹਿਬ ਯਾਰ ਮੱਥਾ ਟੇਕਣ ਆਉਣਗੇ ਵਾਹਿਗੁਰੂ 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 ਤੇ ਪਿੰਨੀਆਂ ਦਾ ਆ ਗਿਆ ਜੀ ਸੀਜ਼ਨ ਹੁਣ ਕਿੰਨੀਆਂ ਹੀ ਬਣਦੀਆਂ ਰਹਿਣੀਆਂ ਸਾਰੇ ਸਿਆਲ ਅਤੇ ਫਿਰ ਜਦੋਂ ਦੁੱਧ ਲੈਣਾ ਹੁੰਦਾ ਨਾ ਖੋਇਆ ਆਪ ਘੜੀ ਕੱਢੀ ਦਾ ਆ ਫਿਰ ਦੁੱਧ ਜ਼ਿਆਦਾ ਹੁੰਦਾ ਆ ਲੈਣਾ ਫਿਰ ਭਾਂਡੇ ਇੱਧਰ ਉੱਧਰੋਂ ਫੜਨੇ ਪੈਂਦੇ ਆ ਹੈ ਨਾ ਤਾਂ ਮੈਂ ਕਿਹਾ ਵੱਡਾ ਡੋਲ ਲੈ ਲਈਏ ਫਿਰ ਨਹੀਂ ਆਪਣਾ ਹੀ ਤਾਂ ਆਪਾਂ ਵੱਡਾ ਲੈ ਆਉਂਦਾ ਫਿਰ ਕਿਉਂਕਿ ਹੁਣ ਫਿਰ ਅਤੇ ਜਦੋਂ ਦੁੱਧ ਜ਼ਿਆਦਾ ਚਾਹੀਦਾ ਹੋਵੇ ਗਗਨ ਨੂੰ ਮੈਂ ਘੰਟੀ ਮਾਰਦਾ ਹੁੰਦਾ ਇਹ ਪਿੰਡੋਂ ਪਤਾ ਕਰ ਦਿੰਦਾ ਹੁੰਦਾ ਕਿਤੇ ਨਾ ਕਿਤੇ ਸਕੀਮ ਲਾ ਦਿੰਦਾ ਹਰ ਵਾਰੀ ਆਪਣਾ ਭਰਾ ਵਾ ਉਹ ਡੈਰੀ ਉੱਥੋਂ ਮਿਲ ਜਾਂਦਾ ਦੁੱਧ ਉਹ ਫਿਰ ਇਕੱਠਾ ਮਿਲ ਜਾਂਦਾ ਨਹੀਂ ਤਾਂ ਉੱਦਾਂ ਆਪਣੇ ਉੱਥੇ ਉਹ ਫਿਰ ਇੰਨਾ ਨਹੀਂ ਨਾ ਉਹ ਦਿੰਦੇ ਯਾਰ ਫਿਰ ਇੰਨਾ ਨਹੀਂ ਹੁੰਦਾ ਉਹਨਾਂ ਕੋਲ ਫਿਰ ਉੱਥੋਂ ਇਕੱਠਾ ਮਿਲ ਜਾਂਦਾ ਆਪਾਂ ਨੂੰ ਇਹ ਸੁੱਖ ਆ 15 ਕਿਲੋ 20 ਕਿਲੋ 30 ਕਿਲੋ ਜਿੰਨਾ ਮਰਜ਼ੀ ਠੀਕ ਠਾਕ ਜੀ ਵਧੀਆ ਵਧੀਆ ਹੋਰ ਸੁਣਾਓ ਠੀਕ ਆ ਉੱਧਰ ਉਹ ਦੁੱਧ ਲੈਣ ਚੱਲੇ ਚਾਰ ਪੰਜ ਦਿਨ ਜਦੋਂ ਵੀ ਕੱਢੀਏ ਇਹਨੂੰ ਜਨਾਬ ਹੁਣਾਂ ਨੂੰ ਤੇਲ ਪਾਉਣਾ ਹੀ ਪੈਂਦਾ ਬੱਤੀ ਜਗ ਜਾਂਦੀ ਜੇ ਇਹਨੂੰ ਹੁਣ ਬੰਦ ਕਰਨਾ ਪੈਣਾ ਚਾਬੀ ਦੇ ਦੇ ਕਰੀ ਮੇਰਾ ਵੀਰ 2200 ਦਾ ਪਾਦੀ ਹਾਂਜੀ ਡੀਜ਼ਲ ਯਾਰ ਜਦੋਂ ਇਹਨੂੰ ਗੱਡੀ ਦਾ ਤੇਲ ਪਾਉਣਾ ਪੈਂਦਾ ਤਾਂ ਫੇ ਇਹਦੇ ਚ ਤੇ ਰੈਂਗਲਰ ਚ ਫਰਕ ਕੀ ਰਹਿ ਗਿਆ ਹਨਾ ਮੇਰੇ ਤੋਂ ਹਾਂਜੀ 2200 ਤੇ ਫੇਰ ਮੈਂ ਗਿਆ ਫੇ ਉਹੀ ਸਹੀ ਆ ਹਾਂ ਜੇ ਤਾਂ ਆਫ ਰੋਡਿੰਗ ਲਈ ਗੱਡੀ ਫੇ ਇਹ ਜਾਣੀ ਜੇ ਸਪੋਰਟਸ ਗੱਡੀ ਲਈ ਫੇ ਮਿੰਨੀ ਕੂਪਰ ਜਾਣੀ ਹਨਾ ਕਿਉਂਕਿ ਉਹ ਵੀ ਸਪੋਰਟਸ ਇਹ ਆਫ ਰੋਡਰ ਫੇ ਉਹਦੇ ਥਾਂ ਤੇ ਜਿਹੜੀ ਆਊਗੀ ਉਹ ਜਾਊਗੀ ਰਾਤੀ ਆਪਾਂ ਜਿਹੜਾ ਪਵਾਇਆ ਸੀ ਤੇਲ ਕੱਲ ਉਹ ਕਿੰਨੇ ਰੁਪਈਏ ਸੀ 94
ਅੱਛਾ ਪਛਾਣ ਲਿਆ ਉਹਨਾਂ ਨੇ ਲਓ ਜੀ ਭਰ ਲਈ ਜੀ ਆਪਾਂ ਡੋਲੂ ਦੋਵੇਂ ਫੁੱਲ ਬਟਾ ਫੁੱਲ ਟੈਟ ਕਰਦੇ ਮਾੜਾ ਜਿਹਾ ਦੁੱਧ ਡੁੱਲੇ ਨਾ ਹੁਣ ਭਾਂਡਾ ਆਪਣਾ ਵੱਡਾ ਹੋ ਗਿਆ ਭਾਂਡਾ ਆਪਣਾ ਵੱਡਾ ਹੋ ਗਿਆ ਸਹੀ ਗੱਲ ਦਾਣੇ ਜ਼ਿਆਦੇ ਪਿਆ ਕਰ ਕਿੱਥੋਂ ਮੋੜੀਏ ਯਾਰ ਅੱਗੇ ਲੈ ਆ ਇੱਥੋਂ ਨਹੀਂ ਮੁੜਦੀ ਇੱਥੇ ਹੀ ਮੈਂ ਮੋੜ ਲੈਂਦਾ ਯਾਰ ਉਹ ਕੰਨੀ ਜਗ੍ਹਾ ਮੋਹਰੇ ਦੇ ਬੈਗ ਨਾਲ ਇਹਦੀ ਹਾਏ ਰੱਬਾ ਗੇਟ ਅੱਜ ਵੀ ਖੁੱਲ੍ਹਾ ਹੀ ਆ ਹਜੇ ਵੀ ਅੱਜ ਵੀ ਕਹਿਣ ਦਿਆਂ ਹਜੇ ਵੀ ਖੁੱਲ੍ਹਾ ਹੀ ਆ ਲਓ ਜੀ ਆਹ ਦੇਖੋ ਤਾਂਬੇ ਦਾ ਮੈਂ ਲੈ ਕੇ ਆਇਆ ਚਾਹ ਬਣਾਉਣ ਲਈ ਹੈ ਵਧੀਆ ਕਿ ਨਹੀਂ ਤਾਂਬੇ ਵਾਲਾ ਇਹ 'ਚ ਚਾਹ ਬਣਾਇਆ ਕਰੋ ਇਹ ਹੁਣ ਜੇ ਪੀਣੀ ਆ ਠੀਕ ਆ ਨਾ ਵਧੀਆ ਅਲਮੀਨੀਅਮ ਦਾ ਨਹੀਂ ਵਰਤੀਦਾ ਤਾਂ ਕਰਕੇ ਫਿਰ ਤਾਂਬਾ ਓਕੇ ਜਾਂ ਸਟੀਲ ਜਾਂ ਤਾਂਬਾ ਅਲਮੀਨੀਅਮ ਖੁਰਦਾ ਆ ਪਤਾ ਜੀ ਇੰਨੀ ਗੱਲ ਮੰਮੀ ਬਿੱਲ ਵਾਪਸ ਲੈ ਲਿਆ ਈ ਮੋਦੀ ਨੇ ਬਿੱਲ ਵਾਪਸ ਲੈ ਲਿਆ ਈ ਜਿਹੜੇ ਕਰਕੇ ਧਰਨਾ ਚੜਿਆ ਇੰਨੀ ਦੇਰ ਦਾ ਜਿਹਦੇ ਕਰਕੇ ਕਿਸਾਨਾਂ ਨੇ ਧਰਨਾ ਚਾੜਿਆ ਨਿੱਕੇ ਨਿੱਕੇ ਆਟੋਗ੍ਰਾਫ ਲੈਣਾ ਫੋਟੋ ਖਿਚਾਉਣ ਬਣ ਰਹੀ ਹੈ ਪਿੰਨੀਆਂ ਪਿੰਨੀਆਂ ਬਾ ਬਣ ਚੱਲਾ ਖੋਆ ਕੀ ਲੈ ਕੇ ਆਉਣਾ ਫਿਰ ਦੱਸੋ ਮੈਨੂੰ ਚੌਂਕਾ ਬੜਾ ਵਧੀਆ ਲੱਗਦਾ ਜੀ ਹੈ ਚੌਂਕਾ ਵਧੀਆ ਲੱਗਦਾ ਚੌਂਕੇ ਨੂੰ ਹਜੇ ਰਹਿੰਦਾ ਮੋਡੀਫਾਈ ਕਰਨ ਵਾਲਾ ਲਓ ਜੀ ਹੁਣ ਆਪਾਂ ਜਾਣਾ ਅਲਸੀ ਲੈਣ ਅਲਸੀ ਵਾਲੀਆਂ ਪਿੰਨੀਆਂ ਬਣਨੀਆਂ ਸਿਆਲਾਂ ਦੀ ਸ਼ੁਰੂਆਤ ਹੋ ਚੁੱਕੀ ਆ ਅਤੇ ਭੂਆ ਭੂਆ ਸਾਡੀ ਲੰਮੀ ਪਈ ਆ ਭੂਆ ਹੁਣ ਠੀਕ ਆ ਸਿਹਤ ਇੱਦਾਂ ਹੀ ਆ ਸਿਹਤ ਖਾਣੀਆਂ ਪਿੰਨੀਆਂ ਭੂਆ ਅਲਸੀ ਦੀਆਂ ਚੱਲ ਚਲੀਏ ਕਰਦੇ ਭੂਆ ਕੱਲ੍ਹ ਨੂੰ ਚਲਾ ਚਲੀਏ ਗੱਡੀ 'ਤੇ ਘੁੰਮ ਫਿਰ ਕੇ ਆਉਂਦੇ ਹਾਂ ਮੈਂ ਭੂਆ ਅਲਸੀ ਅਲਸੀ ਮੈਂ ਕਿਹੜੀ ਖਾਣੀ ਆ ਕੋਈ ਨਹੀਂ ਪਿੰਨੀਆਂ ਬਣਾ ਕੇ ਤੈਨੂੰ ਖਵਾਉਣੀ ਆ ਰਾਤੀ ਮੈਂ ਗੁੜ ਲੈ ਗਿਆ ਚੰਡੀਗੜ੍ਹੋਂ ਇੱਧਰ ਪਿਆ ਆ ਹੁਣ ਚੇਤਾ ਆ ਵੀ ਵਿੱਚ ਹੀ ਪਿਆ ਆਹਾ ਬਾਸ਼ਨਾ ਹੀ ਬਾਸ਼ਨਾ ਤਾਜ਼ਾ ਆ ਨਾਲੇ ਤਾਜ਼ਾ ਸਪੈਸ਼ਲ ਚੰਡੀਗੜ੍ਹ ਲੈਣ ਗਏ ਗੁੜ ਹੈ ਭੂਆ ਨੂੰ ਖਵਾ ਮਾੜਾ ਜਿਹਾ ਹੈਗਾ ਵੀ ਕਾਲੇ ਕਾਲੇ ਰੰਗ ਦਾ ਹੀ ਆ ਰੋਪੜ ਦੇ ਗੁੜ ਦਾ ਆ ਰੋਪੜ ਦੇ ਕੋਲ ਆ ਇਹ ਜਿੱਥੋਂ ਲਿਆ ਇੱਧਰ ਰੋਟੀਆਂ ਬਣਾਉਂਦੇ ਗੁੜ ਤੋਂ ਵਧੀਆ ਹੀ ਵਧੀਆ ਮੰਗਾ ਲਿਆ ਕਰ ਵੇਖ ਕੇ ਪਤਾ ਲੱਗ ਜਾਂਦਾ ਗੁੜ ਦਾ ਹੋਰ ਕੀ ਰੰਗ ਤੋਂ ਪਤਾ ਹੈ ਪਤਾ ਕਰ ਤੂੰ ਉੱਥੇ ਚੈਕਿੰਗ ਹੁੰਦੀ ਆ ਮਾਲੀ ਵੀ ਆ ਗਿਆ ਤਾਂ ਕਰਕੇ ਉੱਥੇ ਵਧੀਆ ਦਿੰਦੇ ਆ ਆਪਣੇ ਇੱਥੇ ਹੁਸ਼ਿਆਰਪੁਰ ਤੇ ਜੋ ਆਉਂਦਾ ਧੱਕੀ ਤੁਰੇ ਜਾਂਦੇ ਆਪਣੇ ਇੱਥੇ ਆ ਵੀ ਰਲ ਲੈਂਦਾ ਹੀ ਦਿੰਦੇ ਇਹ ਜਾਵਾਂਗੇ ਫੇਰ ਕੀ ਆ ਚੰਡੀਗੜ੍ਹ ਆ 5 ਵਜੇ ਤੁਰੇ ਸੀ 6:30 ਉੱਥੇ ਪਹੁੰਚ ਗਏ ਅਤੇ ਉੱਥੋਂ 8 ਵਜੇ ਤੁਰੇ ਹਾਂ 9:30 ਵਜੇ ਇੱਥੇ ਪਹੁੰਚ ਗਏ ਵਧੀਆ ਨਾ ਖਾ ਕੇ ਵੇਖਣਾ ਸੀ ਵਧੀਆ ਨਾ ਵਾ ਹੁਣ ਹਿਸਾਬ ਨਾਲ ਖਾਈ ਫਿਰ ਬਾਅਦ 'ਚ ਔਖੀ ਨਾ ਹੋਈ
ਸਬਜ਼ੀ ਲਾ ਦੇ ਹੈਂ ਬੋਲਦਾ ਨਹੀਂ ਮੈਂ ਕਿਹਾ ਸਬਜ਼ੀ ਲਾ ਦੇ ਦੇ ਭਾਈ ਮੇਰਾ ਯਾਰ ਟਾਈਮ ਨਹੀਂ ਲੱਗਦਾ ਯਾਰ ਬਾਪੂ ਨੂੰ ਪੁੱਛ ਲਾ ਕਿੱਥੇ ਲਾਉਣੀ ਆ ਦੱਸ ਦੇਣਾ ਤੈਨੂੰ ਬਾਹਰ ਹੀ ਆ ਬਾਹਰ ਨਹੀਂ ਆ ਸਕੂਟਰ ਲੈ ਗਿਆ ਹੀ ਲਾ ਚੱਲ ਆ ਜਾਣਾ ਉਹਨੇ ਵਿਹਲੇ ਰਹਿ ਰਹਿ ਕੇ ਪੂਰਾ ਹਨਾ ਬਾਦਸ਼ਾਹ ਹੀ ਬਣਨਾ ਤੇਰਾ ਹੀ ਭਰਾ ਆ ਬਾਪੂ ਦਾ ਮੈਂ ਤਾਂ ਆਈ ਹਾਂ ਨਹੀਂ ਬਾਦਸ਼ਾਹ ਬਣਿਆ ਰੇਹੜੀ ਤੇ ਖਲੋਣਾ ਸਾਰਿਆਂ ਨੂੰ ਸਾਨੂੰ ਇੰਨੇ ਖਵਾ ਲੈਣੇ ਸਬਜ਼ੀ ਸਾਨੂੰ ਚੁਕਾ ਕੇ ਖੜਨੀ ਉਹਦੇ ਲਈ ਵਾਹ ਵਾਹ ਆਲੂ ਗਏ ਗੋਭੀ ਕੀ ਉਦੋਂ ਤਾਂ ਕੱਚਾ ਰਾਹ ਹੁੰਦਾ ਸੀ ਆਪਣਾ ਇਹ ਜਿਹੜਾ ਅਸੀਂ ਇੱਥੋਂ ਜਾਣਾ ਉਹ ਪੁਲ ਨੂੰ ਆਹ ਜਿਹੜਾ ਲੈਣ ਵਾਲਾ ਪੁਲ ਆ ਇੱਥੋਂ ਚੜ੍ਹ ਕੇ ਤੇ ਪਰੇ ਚੱਲ ਜਾਣਾ ਭਾਰਕੋ ਕੈਂਪ ਆ ਜਾਂਦਾ ਭਾਰਕੋ ਕੈਂਪ ਤੋਂ ਪਰੇ ਨਾਲ ਹੀ ਓਮਨੀ ਬੱਸਾਂ ਦੀ ਦੁਕਾਨ ਵਰਕਸ਼ਾਪ ਉੱਥੋਂ ਪਰੇ ਸੜਕ 'ਤੇ ਚੜ੍ਹ ਕੇ ਤੇ ਪਰੇ ਬਾਜ਼ਾਰ ਆ ਜਾਣੇ ਇੱਦਾਂ ਜਾਂਦੇ ਹੁੰਦੇ ਤੁਰ ਕੇ ਹੀ ਆਉਣਾ ਰਿਕਸ਼ੇ ਟਾਂਗੇ ਕਿੱਥੇ ਹੁੰਦੇ ਸੀ ਸਲੈਮ ਪੁਲ ਨੂੰ ਜਾਂਦੇ ਇੱਥੋਂ ਤੋਂ ਤੁਰ ਕੇ ਆਈਦਾ ਸੀ ਆਪਾਂ ਮਕਸੂਦਾ ਤੋਂ ਤੁਰ ਕੇ ਆਉਣਾ ਮਕਸੂਦਾ ਤੱਕ ਰਿਕਸ਼ੇ ਟਾਂਗੇ ਤੋਂ ਮੈਂ ਵੀ ਤੁਰ ਕੇ ਮਾਤਾ ਨਾਲ ਆਉਂਦਾ ਰਿਹਾ ਉੱਥੋਂ ਮਕਸੂਦਾ ਤੋਂ ਵਿੱਚੋਂ ਦੀ ਇੱਥੋਂ ਦੀ ਹੋ ਕੇ ਮਿਲਕ ਪਲਾਂਟ ਨਾਲ ਨਾਲ ਇੱਥੋਂ ਦੀ ਚੱਲ ਇੱਥੇ ਬਾਅਦ 'ਚ ਇਕਦਮ ਹੀ ਬਦਲ ਗਿਆ ਸਾਰਾ ਕੁਝ ਹੌਲੀ ਹੌਲੀ ਫਿਰ ਦੁਨੀਆਂ ਇੱਥੇ ਆ ਗਈ ਪਲਾਟ ਕੱਟੇ ਗਏ ਜਦੋਂ ਆਪਣੀ ਪੈਲੀ ਇੱਕ ਲੱਖ ਦਸ ਹਜ਼ਾਰ ਨੂੰ ਕਿੱਲਾ ਗਈ ਉਹ ਪੈਲੀ ਦਾ ਰੇਟ ਨਹੀਂ ਵਧਿਆ ਉਹਨਾਂ ਕੀ ਰਿਹਾ ਰੇਤ ਰੇਤਲੀ ਪੈਲੀ ਇਹਨੂੰ ਪਤਾ ਨਹੀਂ ਕੀ ਹੋਇਆ ਦੂਜੀ ਸ਼ਹਿਦ ਵਾਲੀ ਮੱਖੀ ਬਿਮਾਰ ਲੱਗਦੀ ਹੈ ਵੀ ਸ਼ਹਿਦ ਵਾਲੀ ਮੱਖੀ ਭੂਆ ਨੂੰ ਬਦਾਮ ਬਦੂਮ ਖਵਾਉਣੇ ਸੀਗੇ ਨਾ ਭੂਆ ਮੈਂ ਕੰਮ ਕਾਰ ਕਰਾਂ ਇਹ ਤਾਂ ਵਿਹਲੇ ਆ ਸਾਰੇ ਜਾਣੇ ਭੂਆ ਨੂੰ ਖਾਣਾ ਬੱਕਰਾ ਲਿਆ ਲਿਆਉਣਾ ਮੈਂ ਭੂਆ ਦੇਸੀ ਇੱਥੇ ਬਣਾ ਲੈਂਦੇ ਆਪਾਂ ਬਾਕੀ ਜੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟਾਂ 'ਚ ਤੁਸੀਂ ਦੱਸ ਦਿਓ ਮੈਨੂੰ ਫੈਮਿਲੀ ਵਾਲੀਆਂ ਵੀਡੀਓ ਬਣਾਇਆ ਕਰਾਂ ਜਾਂ ਜਿੱਦਾਂ ਮੈਂ ਬਣਾਉਂਦਾ ਉੱਦਾਂ ਦੀਆਂ ਮੈਂ ਫਿਰ ਹੁਣ ਥੋੜ੍ਹਾ ਜਿਹਾ ਚੇਂਜ ਕੀਤਾ ਸੀਗਾ ਵਿੱਚ ਮੈਂ ਕਿਹਾ ਫੈਮਿਲੀ ਵੀ ਹੌਲੀ ਹੌਲੀ ਥੋੜ੍ਹੀ ਥੋੜ੍ਹੀ ਦਿਖਾਇਆ ਕਰੀਏ ਇਹ ਥੋੜ੍ਹੇ ਥੋੜ੍ਹੇ ਹਾਸਿਆਂ ਜਿਹੇ ਵਾਲੇ ਸੀਨ ਮੈਂ ਪਾਉਂਦਾ ਰਹਿੰਦਾ ਹਾਂ ਵਿੱਚ ਕਿੰਨੀਆਂ ਬਣ ਕੇ ਆਪਣੀਆਂ ਤਿਆਰ ਆ ਅਤੇ ਕੱਲ੍ਹ ਨੂੰ ਅਸੀਂ ਓਪਨ ਜੀਪ ਵੇਖਣ ਜਾ ਰਹੇ ਹਾਂ ਬੜੇ ਚਿਰ ਦੇ ਲੱਭਣ ਦੇ ਹਾਂ ਪਸੰਦ ਆ ਗਈ ਲੈ ਆਉਂਦੀ ਉੱਦਾਂ ਦੀ ਵੀਡੀਓ ਪਾਵਾਂਗੇ ਮਾੜਾ ਜਿਹਾ ਛੋਟੀ ਜਿਹੀ ਕਲਿੱਪ ਪਾ ਦਿੰਦਾ ਹੁੰਦਾ ਅਤੇ ਬਾਕੀ ਮੋਗੇ ਜਾਣਾ ਹੈ ਕੱਲ੍ਹ ਨੂੰ ਉੱਥੇ ਵੇਖਦੇ ਹਾਂ ਖੜੀਆਂ ਜਾਂ ਦੋ ਤਿੰਨ 'ਚ ਪਸੰਦ ਆ ਗਈਆਂ ਤਾਂ ਲੈ ਲਵਾਂਗੇ ਅਤੇ ਰੈਂਗਲਰ ਦੀ ਵੀ ਗੱਲ ਚੱਲੀ ਜਾਂਦੀ ਆ ਇੱਕ ਹੋਰ ਗੱਡੀ ਉਹਦੀ ਵੀ ਗੱਲ ਚੱਲੀ ਜਾਂਦੀ ਆ ਅਤੇ ਇੱਕ ਅੱਧਾ ਹੋਰ ਗਾਂਹ ਤੁਹਾਨੂੰ ਵੀਡੀਓ 'ਚ ਕੁਛ ਦਿਸਣ ਨੂੰ ਮੈਣਾ ਆ ਦੋ ਕੁ ਦਿਨਾਂ ਤੱਕ ਅਤੇ ਬਾਕੀ ਆਪਣੇ ਡਾਕਟਰ ਸਾਹਿਬ ਜੀ ਬੈਠੇ ਆ ਡਿਸਕਸ ਚੱਲ ਰਹੀ ਆ ਅਤੇ ਬਾਕੀ ਜੀ ਚੰਗਾ ਜੀ ਕੱਲ੍ਹ ਮਿਲਦੇ ਹਾਂ ਜੀ ਵਿੱਚ ਭੂਆ ਨੇ ਮਾੜੀਆਂ ਮੋਟੀਆਂ ਹੱਸੇ ਆ ਜੀ ਉੱਦਾਂ ਹੀ ਪਾਏ ਸੀਗੇ ਮੈਂ ਵਿੱਚ ਕੱਟ ਕੱਟ ਕੇ ਛੋਟੇ ਛੋਟੇ ਪਾ ਦਿੱਤੇ ਅਤੇ ਚੰਗਾ ਜੀ ਕੱਲ੍ਹ ਮਿਲਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਬਾਏ ਬਾਏ ਜੀ